ਛੁੱਟੇ ਨਾ ਪਾ ਓਏ ਮਾਮਾ, ਪੱਟਾਂ ਦੇ ਨਾਲ ਲੱਗ ਗਿਆ ਵੀਰ ਮੇਰੇ। ਆਹ ਦੇਖੋ ਲੱਤਾਂ ਸੱਟਾਂ ਲਵਾ ਕੇ ਬੈਠਾ, ਫੇਰ ਵੀ ਨੀ ਮੰਨਦਾ, ਕਹਿੰਦਾ ਨਹਾਉਣਾ ਆ। ਬੜੇ ਭਾਜੀ ਅਜੇ ਤਾਂ ਥੱਤਾ ਹੀ ਜਾਂਦੀ, ਦੇਖੀ ਕਿੱਥੇ ਕਿੱਥੇ ਆਉਂਦੀ। ਹਾਂ ਤੈਨੂੰ ਟਕਾ ਨੀ ਉਹਦਾ ਨਹਾਉਣ ਵੇਲੇ ਵੀ, ਕੱਢ ਲੈ ਜੇਬੀ ਫੜਾ ਦੇ। ਕਿੰਨੇ ਫੋਨ ਚ ਪਾਏ ਆ ਜੇਬੀ, ਉਹ ਇੱਧਰ ਨੂੰ ਵੀ ਲੈ ਕੇ ਚੱਲ ਪਰੀ। ਆਇਆ ਬਾਹਰ, ਹੁਣ ਬਹੁਤ ਹੋ ਗਿਆ, ਠੰਡ ਲੱਗਦੀ ਮੈਨੂੰ ਪਤਾ। ਚੱਲ ਚੱਲ ਆਇਆ ਬਾਹਰ। ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਹੋ ਕੇ ਤੁਸੀਂ ਸਾਰੇ ਵਧੀਆ ਹੋਵੋਗੇ। ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਦਾ ਵਲੌਗ ਯਾਰ, ਪਹਿਲਾਂ ਤਾਂ ਮੈਂ ਹੋਣ ਲੱਗਾ ਅਤੇ ਨਹਾ ਧੋ ਕੇ ਤਿਆਰ, ਕਿਉਂਕਿ ਉੱਥੇ ਗਰਾਇਆ ਹੈ ਨਾ ਯਾਰ ਦੋਸਤ, ਉਹਨਾਂ ਨੇ ਲਾਉਣੀ ਆ ਸ਼ਬੀਲ, ਅਤੇ ਸਾਡੇ ਪਿੰਡ ਦੇ ਹੀ ਆ, ਅਤੇ ਉਹਨਾਂ ਨੇ ਕਿਹਾ, ਕਹਿੰਦਾ ਕਿ ਅੱਜ ਹੀ ਉੱਥੇ ਸੇਵਾ ਕਰਾਂਗੇ। ਸੋ ਹੁਣ ਮੈਂ ਚੱਲਾਂ ਉੱਥੇ, ਅਤੇ ਅੱਗੇ ਵਲੌਗ ਦੇ ਵਿੱਚ ਲਾ ਸਕਦੇ ਜ਼ਰੂਰ ਦੇਖਿਓ ਚੈਨਲ 'ਤੇ, ਨਵੇਂ ਆ ਸਬਸਕ੍ਰਾਈਬ ਕਰ ਦਿਓ, ਅੱਗੇ ਦੇਖਦੇ ਕੀ ਵਲੌਗ 'ਚ ਬਣਦਾ। ਸੋ ਬਸ, ਅਤੇ ਹੁਣ ਚੱਲਦੇ ਹਾਂ ਜੀ, ਪਹਿਲਾਂ ਕੱਪੜੇ ਕੁੱਪੜੇ ਚੇਂਜ ਕਰਦੇ ਹਾਂ, ਅਤੇ ਤੁਹਾਨੂੰ ਸਿੱਧਾ ਉੱਥੇ ਜਾ ਕੇ ਮਿਲਦੇ ਹਾਂ, ਅਤੇ ਬਾਅਦ 'ਚੋਂ ਦੇਖਦੇ ਹਾਂ ਕੀ ਕਰਦੇ ਹਾਂ। ਧੁੱਪ ਬਹੁਤ ਆ ਯਾਰ, ਗਰਮੀ ਬਹੁਤ ਆ ਤਾਂ ਕਰਕੇ। ਸੋ ਅੱਜ ਪਲੈਨ ਆ ਕੋਈ ਮੋਟਰ ਮੋਟਰ ਜੀ ਚੱਲਦੀ ਹੋਈ ਉੱਥੇ ਜਾਵਾਂਗੇ, ਠੀਕ ਆ। ਸੋ ਬਣੇ ਰਹੋ ਵਲੌਗ ਦੇ ਵਿੱਚ, ਤੁਹਾਨੂੰ ਪਤਾ ਲੱਗ ਜਾਣਾ ਅੱਗੇ ਕੀ ਹੋਣਾ। ਸੋ ਚਲੋ ਚੱਲਦੇ ਹਾਂ। ਮੇਰਾ ਵੀ ਰਾਹ ਨਾ ਰੋਕੋ, ਤੁਸੀਂ ਪਿੱਛੇ ਬੱਸਾਂ ਆ ਰਹੀਆਂ, ਪਲੀਜ਼ ਟੈਂਪੂ ਵਾਲਾ ਅੱਗੇ ਆ ਜਾਓ। ਬੜੀ ਰਾਜੀ ਬੋਤਲ ਅੱਗੇ ਲਿਆ, ਗੱਬੇ ਨਾ ਲਿਆਓ, ਬੰਸ ਕੱਢਣੀ ਅੱਗੇ ਲਿਆ, ਉੱਥੇ ਜਾ ਟੈਕਸੀ ਨਾਲ ਬੋਤਲ ਪਲੀਜ਼ ਅੱਗੇ ਕਰ ਲਓ। ਮੇਰਾ ਵੀ ਬੋਤਲ ਯਾਰ ਪਿੱਛੇ ਟ੍ਰੈਫਿਕ ਹੋ ਜਾਂਦਾ, ਮੇਰਾ ਵੀ ਅੱਗੇ ਕਰ ਲਓ ਪਲੀਜ਼ ਪਲੀਜ਼ ਅੱਗੇ ਦੇਖ ਕੇ ਬਸ ਬੋਲੇ ਨਾ ਹੋ ਹੋਗੀ ਸੇਵਾ, ਸੇਵਾ ਹੋ ਗਈ ਵੀਰ ਮੇਰੇ ਸ਼ਪੀਲ ਦੀ। ਸੋ ਹੁਣ ਤਾਂ ਭਾਂਡੇ ਚੱਕਦੇ ਆ,
ਤੇ ਆਪਾਂ ਇੱਧਰ ਜਿੱਤ ਕਦੇ ਕਾਨੂੰ ਚੱਲੇ ਹਾਂ ਕੱਪੜਿਆਂ ਦਾ ਹਾਲ ਚੈੱਕ ਕਰੋ। ਪੈਪ ਵੀਰ ਮੇਰੇ ਉਹਦਾ ਲੱਗਿਆ ਤਾਂ ਹੈ ਤੇ ਹੁਣ ਮੜੇ ਤੈਨੂੰ ਹੌਸਲਾ ਆਇਆ ਪਾਣੀ ਭਰਿਆ ਹੀ ਹੋਣਾ ਉਹ ਦਿਓ ਨਹਾਉਂਦੇ ਚਲੋ ਚਲੋ ਵੀਰ ਮੇਰੇ ਚੱਲ ਚੱਲ ਲਾ ਦੇ ਅੰਦਰ ਹੀ ਅੰਦਰ ਮੱਥਾ ਟੇਕਣਾ ਬਾਹਰੋਂ ਮੱਥਾ ਟੇਕ ਉਹ ਤੁਹਾਡਾ ਭਲਾ ਹੋਵੇ ਆਏ ਹਾਏ ਹਾਏ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਹੁਣ ਚੁੱਬੀਆਂ ਮਾਰਾਂਗੇ ਵਿੱਚ ਮੇਰੇ ਉਹ ਵੀਰ ਮੇਰੇ ਉਹ ਹਾਂ ਵੀ ਛੋਟੇ ਆਏ ਹਾਂ ਅਜੇ ਨਹਾਉਣਾ ਲੈ ਉਹ ਆ ਕਹਿੰਦਾ ਨਹਾਉਣਾ ਨੀ ਹੁਣ ਮੋਟੇ ਉਹ ਦੇਖ ਲਓ ਸਾਡਾ ਕੀ ਕਰਦਾ ਉਹ ਲਕਸ਼ ਨਹਾਉਣਾ ਹੁਣ ਆ ਕਹਿੰਦਾ ਮੈਂ ਨੀ ਨਹਾਉਣਾ ਆ ਦੇ ਆ ਗਿਆ ਮੇਰੇ ਪੈਰ ਤੇ ਯਾਰ ਸੱਟ ਲੱਗੀ ਆ ਇਹ ਕਹਿੰਦਾ ਨਹਾਉਣਾ ਆ ਵੀਰ ਮੇਰੇ ਉਹ ਦੇ ਕਰਦਾ ਚੱਲ ਦੋ ਕੁ ਚੁੱਭੀਆਂ ਮਾਰ ਕੇ ਆਉਂਦੇ ਆਏ ਵੀਡੀਓ ਬਣਾ ਦੀ ਮੇਰੀ ਛੱਟੇ ਛੁੱਟੇ ਨਾ ਬਾਦੀ ਵਾਟਰਪਰੂਫ ਨਹੀਂ ਹੈਗਾ ਛੁੱਟੇ ਨਾ ਪਾ ਓਏ ਮਾਮਾ ਹੈਂ ਇਹਨੂੰ ਸਮਾਨ ਫੜਾਇਆ ਕਿਹੜੀ ਗੱਲ ਕਰਨੀ ਆ ਕੱਲ ਨੂੰ ਵੀ ਆਵਾਂਗੇ ਬੇਟੋ ਕੱਲ ਨੂੰ ਦੁਪਹਿਰ ਨੂੰ ਆਵਾਂਗੇ ਪਰ ਦੁਪਹਿਰ ਨੂੰ ਤੂੰ ਤਾਂ ਜਾਣਾ ਹੁੰਦਾ ਕੰਮ ਤੇ ਆ ਤੇ ਚੱਲ ਆ ਜੀ ਫਿਰ ਇੱਧਰ ਵੀਰ ਮੇਰੇ ਆਪਾਂ ਆਏ ਸੀ ਕੁੱਟੀਆ ਸਾਡੇ ਪਿੰਡ ਤੇ ਅੱਜ ਪਾਣੀ ਭਰਿਆ ਸੀ ਆਪਾਂ ਆ ਗਏ ਨਹਾਉਣ ਵੀਰ ਮੇਰੇ ਲਾ ਵੀ ਮੈਂ ਤਰਾ ਆਪਾਂ ਕੰਧ ਦੇ ਨਾਲ ਲੱਗ ਗਏ ਵੀਰ ਮੇਰੇ ਦੰਦ ਕੱਢਦਾ ਆਹ ਦੇ ਉੱਧਰ ਕੀ ਕਰਨ ਲੱਗੇ ਆ ਰੌਲਾ ਬਹੁਤ ਪਾਇਆ ਵੀਰ ਮੇਰੇ ਉਹ ਸੂਝ ਨਹੀਂ ਕਾਇਆ ਉਹ ਬਾਰੀ ਦੇ ਲੱਗ ਲੱਗ ਗਿਆ
ਓ ਲਾਕਸ਼ ਮੈਂ ਵੀ ਆਇਆ ਸ਼ੂ ਸ਼ਲੀਕਾ ਖੇਡਣ ਲੱਗੇ ਹੁਣ ਕਿਹਦੇ ਸਰਬਾਰੀ ਆ ਓਏ ਜਲਪਰੀ ਸਰਬਾਰੀ ਆ ਮੈਂ ਵੀ ਆਵੇ ਜਲਪਰੀ ਆ ਗਿਆ ਮੈਂ ਵੀ ਜਲਪਰੀ ਦੀ ਵਾਰੀ ਰੋਕਿਆ ਵਿੱਚ ਹੁਣ ਦੇ ਆ ਫੜੀ ਹਾਂਜੀ ਆ ਦੇਖੋ ਲੱਤਾਂ ਸੱਟਾਂ ਲਵਾ ਕੇ ਬੈਠਾ ਫੇਰ ਵੀ ਨੀ ਮੰਨਦਾ ਕਹਿੰਦਾ ਨਹਾਉਣਾ ਆ ਭਾਜੀ ਹਜੇ ਤਾਂ ਥੱਤਾ ਹੀ ਜਾਂਦੀ ਦੇਖੀ ਕਿੱਥੇ ਕਿੱਥੇ ਆਉਂਦੀ ਨਹਾਉਣ ਵੇਲੇ ਵੀ ਕੱਢ ਲੈ ਜੇਬੀ ਫੜਾ ਦੇ ਕਿੰਨੇ ਫੋਨ ਚ ਪਾਏ ਆ ਜੇਬੀ ਉਹ ਬਾਰਡਰ ਪਰੂਫ ਹੈ ਇਹ ਲਾਕਸ਼ ਓਏ ਬਾਰਡਰ ਪਰੂਫ ਹੈ ਇਹ ਜਲਪਰੀ ਨਹਾਉਂਦੀ ਆ ਜਲਪਰੀ ਨਹਾਉਂਦੀ ਆ ਜਲਪਰੀ ਜਲਪਰੀ ਹੈਲੋ ਇੱਧਰ ਵੀ ਗਏ ਇੱਧਰ ਨੂੰ ਵੀ ਦੇਖ ਲੈ ਗਏ ਉਹ ਇੱਧਰ ਨੂੰ ਵੀ ਦੇਖ ਜਲਪਰੀ ਨਹੀਂ ਸੁਣਦਾ ਆਪਾਂ ਲਾ ਦੀ ਠੰਡ ਆਪਾਂ ਨਿਕਲਣ ਲੱਗੇ ਬਾਹਰ ਮੇਰੇ ਕੱਪੜੇ ਰੱਖੇ ਆ ਬਾਹਰ ਪੈਣਾ ਬਹੁਤ ਆ ਚੰਗਾ ਜੀ ਉਹ ਤਾਂ ਕੱਥੇ ਛਾਲਾ ਮਾਰੀ ਜਾਂਦਾ ਉਹਦੇ ਦੇਖਿਓ ਯਾਰ ਕਿੱਦਾਂ ਦਾ ਹੋ ਗਿਆ
ਉਹ ਨਿਕਲਦਾ ਨਹੀਂ ਪਿਆ ਆ, ਕਿੱਥੇ ਗਿਆ? ਆ ਦੇ ਮੈਂ ਕੱਛਾ ਵੀ ਨਹੀਂ ਲੈ ਕੇ ਆਇਆ ਘਰੋਂ, ਲੈ ਤਾਂ ਆ ਦੇਖ ਲਓ ਕੀ ਕਰਨ ਲੱਗੇ। ਉਹ ਉੱਦੀ ਦੇਖੀ ਜਾਂਦਾ ਕਿਹੜਾ, ਕਹਿੰਦਾ ਜਦੋਂ ਨਾ ਕੱਲ੍ਹ ਨੂੰ ਆਵਾਂਗੇ ਜਦੋਂ ਨਾ ਹੋਊਗਾ ਤਾਂ ਕਰਕੇ ਹੁਣ ਕਹਿੰਦਾ ਬਹੁਤ ਜਣੇ ਦੇਖਦੇ ਆ। ਬਸ ਹੁਣ ਚੱਲੇ ਆ ਜੀ, ਤੁਹਾਨੂੰ ਆ ਦੇ ਬਾਰ ਬਾਰ ਆਉਂਦਾ, ਇਹਨੂੰ ਘਰੋਂ ਫੋਨ ਆਉਂਦੇ ਪਏ। ਉਹ ਯਾਰ ਉਹ ਨਿਕਲਦਾ ਨੀ, ਹੁਣ ਮੈਂ ਕੀ ਕਰਾਂ? ਉਹ ਦੇਖ ਲਾ ਚੱਲ ਪਰੀ ਸ਼ਾਮ ਨੂੰ, ਹੁਣ ਰਾਤ ਨੂੰ ਆਈਏ, ਮੈਂ ਯਾਰ ਘਰੋਂ ਕੱਛਾ ਵੀ ਨੀ ਲੈ ਕੇ ਆਇਆ, ਜੇ ਮੈਂ ਇੱਦਾਂ ਹੀ ਪਜਾਮਾ ਪਾ ਲਿਆ ਤੇ ਗਿੱਲਾ ਹੋ ਜਾਣਾ ਤੇ ਫਿਰ ਕਹਿਣਾ ਉਹ ਨਾ ਸਾਲਿਆ ਲਾਹ ਨਾ ਨਹੀਂ ਕੱਛਾ। ਉਹ ਆਇਆ ਭਰਾਵਾ ਚੱਲੀਏ, ਆਇਆ ਭਰਾਵਾ ਆਇਆ, ਜਲਦੀ ਆਇਆ, ਰਾਤ ਨੂੰ ਆਉਂਦੇ ਆ ਉਹ ਸੱਚੀ। ਉਹ ਆ ਜਾ ਫਿਰ, ਚੱਲ ਯਾਰ ਕੱਛਾ ਸਕਾਈਏ ਤੇ ਤੁਹਾਨੂੰ ਚੱਲੀਏ, ਮਿਲਦੇ ਆ। ਗਿੱਲਾ ਕੱਛਾ ਹੀ ਪਾ ਲਿਆ, ਗਿੱਲੇ ਕੱਛੇ ਦੇ ਉੱਤੇ ਜੀ ਪਜਾਮਾ ਪਾ ਲਿਆ, ਹੁਣ ਫਟਾਫਟ ਚੱਲੇ ਆ ਘਰ ਨੂੰ, ਘਰੇ ਆ ਕੇ ਚੇਂਜ ਕਰ ਲੈਣਾ। ਘਰੇ ਆ ਨਾ ਆਪ, ਇੱਥੇ ਫੋਟੋਆਂ ਖਿਚਾਉਣ ਨੂੰ ਆ ਗਿਆ, ਘਰੇ ਵੀ ਜਾਣਾ ਆ। ਗਿੱਲਾ ਹੀ ਕੱਛਾ ਪਾ ਜਾਂਦਾ, ਆਹ ਦੇਖ ਲਓ ਗਿੱਲਾ ਹੀ ਆ। ਹੁਣ ਇਹ ਨਾ ਸਮਝੋ ਕਿ ਉਹ ਇੱਕ ਨੰਬਰ ਕੀਤਾ, ਠੀਕ ਆ, ਗੱਡੀ ਥੱਲੇ ਦੇ ਦੇ ਮੈਨੂੰ, ਚੱਲ ਬਈ ਖਿੱਚੀਏ ਫੋਟੋਆਂ। ਲੈ ਤਾ ਸ਼ੁਭਰ ਅੱਟੇ ਵਾਲੇ, ਅਸੀਂ ਘੁੰਮ ਕੇ ਵੀ ਆ ਗਏ, ਹਜੇ ਵੀ ਪਾਣੀ ਦੇ ਵਿੱਚ ਹੀ ਆਉਂਦੇ। ਆਹ ਆਇਆ ਬਾਹਰ, ਹੁਣ ਬਹੁਤ ਹੋ ਗਿਆ, ਠੰਡ ਲੱਗਦੀ ਮੈਨੂੰ ਪਤਾ ਤੈਨੂੰ, ਚੱਲ ਚੱਲ ਆਇਆ ਬਾਹਰ, ਸੁਣਿਆ ਨੀ? ਹਾਂ ਹਾਂ, ਤੂੰ ਵੀ ਨਹਾ ਲਾ, ਤੈਨੂੰ ਕਿਹਾ ਤਾਂ, ਚੱਲ ਬਾਹਰ ਜੱਸ। ਓਏ ਸ਼ੁਕਰ ਆ ਤੂੰ ਵੀ ਨਿਕਲਿਆ ਨਾ ਆ ਗਏ ਮਾਮਾ, ਅਸੀਂ ਫੋਟੋਆਂ ਵੀ ਖਿੱਚਿਆ, ਮੈਨੂੰ ਕਹਿੰਦਾ ਤੁਹਾਨੂੰ ਜਾਣਾ, ਅਸੀਂ ਫੋਟੋਆਂ ਖਿੱਚਣ ਚੱਲ ਗਏ ਭਰਾਵਾ। ਹੁਣ ਆਪਾਂ ਚੱਲੇ ਜੀ ਫਾਈਨਲੀ ਘਰੇ, ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਮਿਲਦੇ ਆ ਅਗਲੇ ਵਲੌਗ 'ਚ, ਚੱਲਦੇ ਆ, ਥੈਂਕਸ ਫੋਰ ਵਾਚਿੰਗ, ਧੰਨਵਾਦ। ਸ਼ੇਟ ਠੋਕ ਦੀ ਮਾਤਾਲ ਕਾ ਸੇ ਪਵਾ ਕੇ ਲੈ ਕੇ ਸੇ ਠੋਕ ਲੀ।